ਤੋ ਪਹਿਲਾਂ ਹਰ ਵਾਰ ਤੁਹਾਡੇ ਨਾਲ ਜਿਹੜਾ ਹੈ ਉਹ ਖੁਸ਼ਖਬਰੀ ਸਾਂਝੀ ਕਰੀ ਦੀ ਸੀ ਕਿ ਕੈਨੇਡਾ ਵੱਲੋਂ ਜਿਹੜਾ ਹੈ ਕੁਝ ਰੈਅ ਦਿੱਤੀ ਗਈ ਹੈ ਤੁਸੀਂ ਜਿਹੜਾ ਹੈ ਬੜੀ ਈਜ਼ੀਲੀ ਜਾ ਸਕਦੇ ਹੋ ਪਰ ਇਸ ਵਾਰੀ ਜਿਹੜਾ ਹੈ ਬਹੁਤ ਦੁਖਦ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹੁਣ ਉਹਨਾਂ ਸਾਰੇ ਸਟੂਡੈਂਟਸ ਨੂੰ 1 ਸਪਟੰਬਰ ਔਨਵਰਡ ਤੋਂ ਬਾਅਦ ਪੋਸਟ ਗ੍ਰੈਜੂਏਟ ਡਾਕੂਮੈਂਟ ਨਹੀਂ ਮਿਲਣਾ ਉਹ ਬੱਚਾ ਅਗਰ 2 ਸਾਲ ਕੈਨੇਡਾ ਲਾ ਵੀ ਲੇਗਾ ਉਹਨੂੰ ਵਕਤ ਪੰਮ ਨਹੀਂ ਮਿਲਣਾ ਜਿਹੜਾ ਬੱਚਾ ਸਿਰਫ ਕੈਨੇਡਾ ਜਾਣਾ ਚਾਹੁੰਦਾ ਹੈ ਉਹਦੇ 네ਗੇਟਿਵ ਚੀਜ਼ ਹੈ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਤਾਂ ਕਿ ਅਸੀਂ ਇਸ ਸਾਲ 360000 ਸਟੂਡੈਂਟ ਵੀਜ਼ਾ ਗ੍ਰਾਂਟ ਕਰਨੇ ਆਲ ਓਵਰ ਦ ਗਲੋਬ ਇਹ ਨਹੀਂ ਕਿ ਤੁਸੀਂ ਸਾਰੀ ਜਨਤਾ ਅਨਟੈਰੀਓ ਚੱਲ ਜਵੇ ਜਾਂ ਸਾਰੇ ਲੋਕ BC ਵਾਲੇ ਪਾਸੇ ਨਹੀਂ ਹਰ ਇੱਕ ਸਟੇਟ ਨੂੰ ਇੱਕ ਵੀਜ਼ਾ ਦੀ ਰੇਸ਼ਿਓ ਮਿਲ ਜਾਣੀ ਹੈ ਕਿ ਇਸ ਪ੍ਰਵਿੰਸ ਦੇ ਵਿੱਚ ਇੰਨੇ ਵੀਜ਼ਾ ਗ੍ਰਾਂਟ ਹੋਣੇ ਆ ਇਸ ਪ੍ਰਵਿੰਸ ਵਿੱਚ ਇੰਨੇ ਵੀਜ਼ਾ ਗ੍ਰਾਂਟ ਹੋਨੇ ਇਸ ਪ੍ਰਵਿੰਸ ਵਿੱਚ ਇੰਨੇ ਵੀਜ਼ਾ ਗ੍ਰਾਂਟ ਸਰਫਰ ਜਿਹੜੇ ਬੱਚੇ ਮਤਲਬ ਇਨੀ ਟਾਈਮ ਤੋਂ ਤਿਆਰੀ ਕਰ ਰਹੇ ਨੇ ਸੋਚ ਕੇ ਬੈਠੇ ਸੀ ਕਿ ਹਾਂ ਆਲਰੇਡੀ ਪਹਿਲਾਂ ਵੀ ਕਿੰਨੇ ਜਿਹੜੇ ਜਾ ਚੁੱਕੇ ਨੇ ਕਿਸੇ ਦੇ ਕੋ ਮਾਮੇ ਦਾ ਮੁੰਡਾ ਚਲਾ ਗਿਆ ਕਿਸੇ ਦੀ ਮਾਸੀ ਦੀ ਕੁੜੀ ਚਲੀ ਗਈ ਉਹ ਕਹਿੰਦੇ ਅਸੀਂ ਵੀ ਉੱਥੇ ਹੀ ਜਾਣਾ ਨਾਲ ਹੀ ਕੀ ਬਣੂ ਵਿਚਾਰਿਆਂ ਦਾ ਤੁਹਾਡੇ ਚਾਚੇ ਮਾਮੇ ਤਾਇਏ ਦੇ ਬੱਚੇ ਜਿਹੜੇ ਬਾਹਰ ਜਾਂਦੇ ਆ ਜਾਂ ਜਿਹੜੇ ਕਾਲਜ ਹੋ ਗਿਆ ਮੈਂ ਉਸ ਕਾਲਜ ਜਾਣਾ ਉਹਨਾਂ ਨੇ ਇੱਕ ਤਰ੍ਹਾਂ ਦਾ ਪ੍ਰਾਈਵੇਟ ਕਾਲਜ ਦੀ ਮੰਜੀ ਠੋਕਤੀ ਪੰਜਾਬੀ ਚ ਜਿਹੜਾ ਬੱਚਾ ਅੱਜ ਵੀ ਉਹਦੇ ਪ੍ਰਾਈਵੇਟ ਕਾਲਜ ਪੜਨ ਜਾਏਗਾ 2 ਸਾਲ ਪੜ੍ਹ ਲਏ 3 ਸਾਲ ਪੜ੍ਹ ਲਏ 1 ਸਾਲ ਪੜ੍ਹ ਲਏ ਉਹਨੂੰ ਵਾਪਸ ਮੁੜ ਕੇ ਆਪਣੇ ਘਰ ਹੀ ਜਾਣਾ ਪਏਗਾ ਬੱਚੇ ਨੇ ਜਿਹੜਾ ਡਿਪਲੋਮਾ ਕੀਤਾ ਉਸ ਤੋਂ ਬਾਅਦ ਵਿਆਹ ਕਰੋ ਜਿਹ ਹਾਈਟਸ ਕਰੋ ਚਲੋ ਬਾਅਦ ਕੁਝ ਟਾਈਮ ਬਾਅਦ ਜਿਹੜਾ ਸਪਾਊਸ ਵੀ ਨਾਲ ਹੀ ਚਲਾ ਜਾਂਦਾ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਸਪਾਊਸ ਜਾ ਹੀ ਨਹੀਂ ਸਕਦਾ ਪਰ ਬਿਲਕੁਲ ਉਹ ਵੀ ਉਹਨਾਂ ਨੇ ਬੰਦ ਕਰਤਾ ਅੱਜ ਕੋਈ ਬੱਚਾ ਡਿਪਲੋਮਾ ਕਰਨ ਜਾਏ ਕੈਨੇਡਾ 'ਚ ਚਾਹੇ ਐਡਵਾਂਸਡ ਡਿਪਲੋਮਾ ਕਰੇ ਚਾਹੇ ਸਰਟੀਫਿਕੇਟ ਕਰੇ ਚਾਹੇ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਕਰੇ ਉਹ ਬੰਦਾ 1 ਸਤੰਬਰ ਤੋਂ ਬਾਅਦ ਆਪਣੇ ਸਪਾਊਸ ਨੂੰ ਲੈ ਕੇ ਨਹੀਂ ਜਾ ਸਕਦਾ ਨਾ ਪਹਿਲਾਂ ਨਾ ਬਾਅਦ ਦੇ ਵਿੱਚ ਅਗਰ ਤੁਹਾਡੇ ਕੋਲ ਸਟੇਟ ਦੀ ਅਪਰੂਵਲ ਲੈਟਰ ਨਹੀਂ ਹੈਗੀ ਅਟੈਸਟੇਸ਼ਨ ਸਰਟੀਫਿਕੇਟ ਨਹੀਂ ਹੈ ਤੁਹਾਡਾ ਵੀਜ਼ਾ ਐਮਬੈਸੀ ਦੇ ਵਿੱਚ ਵੀ ਨਹੀਂ ਅਪਲਾਈ ਹੋਣਾ ਅਗਰ ਵੀਜ਼ਾ ਅਪਲਾਈ ਹੋਏਗਾ ਤੁਹਾਡੀ ਫਾਈਲ ਵਿਡਰੋਅ ਹੋ ਕੇ ਬਾਹਰ ਆ ਜੀ ਪੰਜਾਬ ਦੇ ਹਰਿਆਣਾ ਦੇ ਵਿੱਚ ਖਾਸ ਕਰ ਜਾਲੀ ਆਫਰ ਲੈਟਰ ਜਾਲੀ ਰਸੀਦਾ ਪੈਕੇਜ ਦੇ ਨਾਮ ਦੇ ਉੱਤੇ ਮਨੋਪਲੀ ਚਲਾ ਰਹੇ ਸੀ ਉਹਨਾਂ ਸਾਰਾ ਕੁਝ ਉਹਨਾਂ ਨੇ ਉਡਾ ਦਿੱਤਾ ਔਰ 1 ਸਤੰਬਰ ਤੋਂ ਬਾਅਦ ਪਾਉਸ ਵੀਜ਼ਾ ਬਿਲਕੁਲ ਬੰਦ ਕੈਨੇਡਾ ਕਰਨ ਜਾ ਰਹੇ ਸੀ ਇੱਕ ਕੁੜੀ ਗਈ ਉੱਥੇ ਜਾ ਕੇ ਉਹਦਾ ਡਿਸਪਿਊਟ ਹੋ ਗਿਆ ਮੁੰਡਾ ਗਿਆ ਕੁੜੀ ਇੰਡੀਆ ਰਹਿ ਗਈ ਕੁੜੀ ਗਈ ਮੁੰਡਾ ਗਿਆ ਉੱਥੇ ਤਲਾਕ ਹੋ ਗਏ ਇਹ ਆਪਰ ਰੋਜ਼ ਹੀ ਨਿਊਜ਼ ਹੁੰਦੇ ਪਏ ਸੀ ਉਹ ਵੀ ਚੀਜ਼ ਤਾਂ ਇੱਕ ਬੜੀ ਵੱਡਾ ਇੰਪੈਕਟ ਪੈ ਰਿਹਾ ਸੀਗਾ ਤੁਸੀਂ ਮੀਡੀਆ ਵੀਡੀਓ ਦੇ ਲੋ ਕਿੰਨੀਆਂ ਲੋਕ ਕਹਿੰਦੇ ਕੈਨੇਡਾ ਵਿੱਚ ਕੰਮ ਨਹੀਂ ਮਿਲਦਾ ਪਏ ਕੈਨੇਡਾ ਵਿੱਚ ਰਾਇਨ ਰਹਿਣ ਨੂੰ ਥਾਂ ਨਹੀਂ ਹੈ ਕੈਨੇਡਾ ਵੀ ਜੌਬਸ ਨਹੀਂ ਮਿਲਦੀਆਂ ਪਈਆਂ ਕੋਲੇ ਦੋ ਦੋ ਕਮਰਿਆਂ ਦੇ ਆ ਇਹ ਸਿਸ ਉਹ ਸਾਰੇ ਸਾਰਿਆਂ ਨੇ ਵੀਡੀਓ ਦੇਖੀ ਹੁਣ ਗਵਰਨਮੈਂਟ ਨੇ ਉੱਤੇ ਐਕਸ਼ਨ ਕਰਤਾ ਜੇ ਤੁਸੀਂ ਕੈਨੇਡਾ ਜਾਣ ਦੇ ਚਾਹਵਾਂ ਨੂੰ ਤਾਂ ਤੁਹਾਡੇ ਲਈ ਬਹੁਤ ਵੱਡੀ ਖਬਰ ਲੈ ਕੇ ਆਇਆ ਇਸ ਤੋਂ ਪਹਿਲਾਂ ਹਰ ਵਾਰ ਤੁਹਾਡੇ ਨਾਲ ਜਿਹੜਾ ਹੈ ਉਹ ਖੁਸ਼ਖਬਰੀ ਸਾਂਝੀ ਕਰੀ ਦੀ ਸੀ ਕਿ ਕੈਨੇਡਾ ਵੱਲੋਂ ਜਿਹੜਾ ਹੈ ਕੁਝ ਰਾਹ ਦਿੱਤੀ ਗਈ ਹੈ ਤੁਸੀਂ ਜਿਹੜਾ ਹੈ ਬੜੀ ਈਜ਼ੀਲੀ ਜਾ ਸਕਦੇ ਹੋ ਪਰ ਇਸ ਵਾਰੀ ਜਿਹੜਾ ਹੈ ਬਹੁਤ ਦੁਖਦ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੇ ਜੇ ਤੁਸੀਂ ਕੈਨੇਡਾ ਜਾਣ ਦੇ ਸ਼ੌਕੀਨ ਹੋ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਬਹੁਤ ਵੱਡੀ ਖਬਰ ਹੈ ਆਪਣਾ ਬਚਾ ਕਰਕੇ ਚੱਲਿਓ ਪਹਿਲਾਂ ਹੀ ਕਿਉਂਕਿ ਇੱਕ ਰੂਲ ਬਹੁਤ ਵੱਡਾ ਜਿਹੜਾ ਆਇਆ ਹੈ ਕੀ ਰੂਲ ਆਇਆ ਹੈ ਉਹਦੇ ਅਕੋਰਡਿੰਗ ਹੁਣ ਕਿਉਂ ਨਹੀਂ ਤੁਸੀਂ ਕੈਨੇਡਾ ਜਾ ਪਾਉਗੇ ਗੱਲ ਕਰਦੇ ਆ ਅੱਜ ਅਸੀਂ ਵਿਜ਼ਨ ਗਰੁੱਪ ਪਹੁੰਚੇ ਆ ਸਾਡੇ ਨਾਲ ਹਨੀਸ਼ ਉਪਪਲ ਜੀ ਮੌਜੂਦ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਸਵਾਗਤ ਆ ਸਰ ਸਰ ਥੈਂਕ ਯੂ ਸਰ ਸਰ ਕੀ ਕਰਾ ਰਹੇ ਹੋ ਇਹ ਮਤਲਬ ਕੀ ਹੁਣ ਨਵਾਂ ਰੂਲ ਆ ਗਿਆ ਬੱਚਿਆਂ ਦਾ ਟੈਨਸ਼ਨ ਪੈ ਗਈ ਕਹਿੰਦੇ ਕਿ ਹੁਣ ਅਸੀਂ ਜਾ ਹੀ ਨਹੀਂ ਸਕਾਂਗੇ ਬਾਹਰ ਦੇਖੋ ਸਰ ਪ੍ਰੈਕਟੀਕਲ ਜੀ ਗੱਲ ਹੈ ਕਿ ਅਗਰ ਮੈਂ ਸਹੀ ਦੱਸਾਂ ਨਾ ਬੀਇੰਗ ਏ ਕਲਸਡੈਂਟ ਕੁਝ ਚੀਜ਼ਾਂ ਵਧੀਆ ਵੀ ਹੋਈਆਂ ਕੁਝ ਚੀਜ਼ਾਂ ਮਾੜੀਆਂ ਹੋ ਗਈਆਂ ਮਾੜੀਆਂ ਹੋਣ ਦਾ ਕਾਰਨ ਕਿਤੇ ਨਾ ਕਿਤੇ ਕਲਸਡੈਂਟ ਰਸੀ ਲੋ ਗਈਆਂ ਵਧੀਆ ਹੋਈ ਸਟੂਡੈਂਟ ਅਪਾਇੰਟ ਨਾਲ ਹਨ ਕੈਨੇਡੀਨ ਗਵਰਨਮੈਂਟ ਕੁਝ ਇੱਦਾਂ ਦੀ ਅਨਾਊਂਸਮੈਂਟ ਕਰਦੀ ਹੈ ਜੋ ਕਿ ਜਿਹੜਾ ਬੱਚਾ ਕੈਨੇਡਾ ਪੜ੍ਹਨ ਜਾਣਾ ਚਾਹੁੰਦਾ ਹੈ ਉਹਨਾਂ ਦੇ ਲਈ ਬੜੀ ਪੋਜ਼ਿਟਿਵ ਚੀਜ਼ ਹੈ ਪਰ ਜਿਹੜਾ ਬੱਚਾ ਸਿਰਫ ਕੈਨੇਡਾ ਜਾਣਾ ਚਾਹੁੰਦਾ ਹੈ ਉਹਨਾਂ ਦੀ ਨੈਗੇਟਿਵ ਚੀਜ਼ ਹੈ ਤਾਂ ਇਹ ਜਿਹੜੀ ਚੀਜ਼ਾਂ ਅਪਗ੍ਰੇਡ ਹੁੰਦੇ ਜਿਵੇਂ ਹੁਣ ਕੈਨੇਡੀਨ ਗਵਰਨਮੈਂਟ ਨੇ ਕਿਹਾ ਹੈ ਕਿ ਅਸੀਂ ਇਸ ਸਾਲ 3.6 ਲੱਖ 60 ਹਜ਼ਾਰ ਸਟੂਡੈਂਟ ਵੀਜ਼ਾ ਗ੍ਰਾਂਟ ਕਰਨੇ ਆਲ ਓਵਰ ਦਾ ਗਲੋਬ ਯਾਨੀ ਪਹਿਲਾਂ ਜਿਹੜਾ ਪਿਛਲੇ ਸਾਲ ਅਪ੍ਰੋਕਸੀਮੇਟਲੀ 9 ਲੱਖ ਕੈਨੇਡਾ ਦੇ ਵੀਜ਼ਾ ਅਪਰੂਵ ਹੋਏ ਸੀ ਇਸ ਸਾਲ ਉਹਨੂੰ ਘਟਾ ਉਹਨਾਂ ਨੇ ਵੀਜ਼ਾ ਦੀ ਰੇਸ਼ਿਓ ਘਟਾਤੀ ਦੂਸਰਾ ਕੈਪਿੰਗ ਸਿਸਟਮ ਲੈ ਕੇ ਆ ਰਹੀ ਹੈ ਕਿ ਹੁਣ ਤੁਹਾਨੂੰ ਵੀਜ਼ਾ ਸਟੇਟ ਦੇ ਹਿਸਾਬ ਨਾਲ ਮਿਲਣਾ ਹੈ ਇਹ ਨਹੀਂ ਕਿ ਤੁਸੀਂ ਸਾਰੀ ਜਨਤਾ ਇੰਟਰੀਓ ਚਲ ਜਵੇ ਜਾਂ ਸਾਰੇ ਲੋਕ BC ਵਾਲੇ ਪਾਸੇ ਨਹੀਂ ਹਰ ਇੱਕ ਸਟੇਟ ਨੂੰ ਇੱਕ ਵੀਜ਼ਾ ਦੀ ਰੇਸ਼ਿਓ ਮਿਲ ਜਾਣੀ ਹੈ ਕਿ ਇਸ ਪ੍ਰਵਿੰਸ ਦੇ ਵਿੱਚ ਇੰਨੇ ਵੀਜ਼ਾ ਗ੍ਰਾਂਟ ਹੋਣੇ ਹਨ ਇਸ ਪ੍ਰਵਿੰਸ ਦੇ ਵਿੱਚ ਇੰਨੇ ਵੀਜ਼ਾ ਗ੍ਰਾਂਟ ਹੋਣੇ ਹਨ ਇਸ ਪ੍ਰਵਿੰਸ ਦੇ ਵਿੱਚ ਇੰਨੇ ਵੀਜ਼ਾ ਗ੍ਰਾਂਟ ਹੋਣੇ ਉਹ ਜਿਹੜਾ ਪ੍ਰਵਿੰਸ ਜਿਹਨੂੰ ਵੀਜ਼ਾ ਜਿਹੜਾ ਗ੍ਰਾਂਟ ਹੁੰਦੀ ਜਿਹੜੀ ਨੰਬਰ ਕਿਦਾਂ ਡਿਸਾਈਡ ਹੋਣੇ ਹੈ ਉੱਥੇ ਸਾਰੇ ਸਿਸਟਮ ਨੂੰ ਸਮਝਦੇ ਹੋਏ ਉੱਥੇ ਦੀ ਪਾਪੂਲੇਸ਼ਨ ਉੱਥੇ ਦੀ ਜੌਬਸ ਉੱਥੇ ਦੇ ਹਾਊਸਿੰਗ ਉੱਥੇ ਦੇ ਮੈਡੀਕਲ ਫੈਸਿਲਿਟੀਆਂ ਉਹ ਸਾਰਾ ਕੁਝ ਇਹਨਾਂ ਨੇ ਬਣਾ ਕੇ ਇੱਕ ਸਿਸਟਮ ਜਨਰੇਟ ਕਰ ਦੇਣਾ ਜਿੰਦੇ ਵਿੱਚ 360000 ਵੀਜ਼ੇ ਗ੍ਰਾਂਟ ਹੋਣੇ ਸਟੇਟ ਵਾਈਜ਼ 올 ਓਵਰ ਦਾ ਗਲੋਬ ਸਰ ਤੇ ਸਰ ਫਿਰ ਜਿਹੜੇ ਬੱਚੇ ਮਤਲਬ ਐਨੀ ਟਾਈਮ ਤੋਂ ਤਿਆਰੀ ਕਰ ਰਹੇ ਨੇ ਸੋਚ ਕੇ ਬੈਠੇ ਸੀ ਕਿ ਹਾਂ ਆਲਰੇਡੀ ਪਹਿਲਾਂ ਵੀ ਕਿੰਨੇ ਜਿਹੜੇ ਜਾ ਚੁੱਕੇ ਨੇ ਕਿਸੇ ਦੇ ਕੋ ਮਾਮੇ ਦਾ ਮੁੰਡਾ ਚਲਾ ਗਿਆ ਕਿਸੇ ਦੀ ਮਾਸੀ ਦੀ ਕੁੜੀ ਚਲੀ ਗਈ ਉਹ ਕਹਿੰਦੇ ਅਸੀਂ ਵੀ ਉੱਥੇ ਹੀ ਜਾਣਾ ਨਾਲ ਹੀ ਕੀ ਬਣੂ ਵਿਚਾਰੇਆਂ ਦਾ ਦੇਖੋ ਸਰ ਬੜੀ ਪ੍ਰੈਕਟੀਕਲ ਜੀ ਗੱਲ ਹੈ ਇਇ ਇੱਕ ਛੋਟੀ ਜਿਹੀ ਇੱਕ ਇਨਫੋਰਮੇਸ਼ਨ ਹੈ ਕਿ ਵੀਜ਼ਾ 360000 ਦਿੱਤੇ ਜਿਹੜੀ ਉਸ ਤੋਂ ਵੱਡੀ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਹੁਣ ਕੈਨੇਡਾ ਗਵਰਨਮੈਂਟ ਕੈਪਿੰਗ ਸਿਸਟਮ ਲੈ ਕੇ ਆ ਚੁੱਕੀ ਹੈ ਕੈਪਿਟ ਸਿਸਟਮ ਦੋ ਤਰੀਕੇ ਨਾਲ ਹੈ ਪਹਿਲਾ ਜਿਹੜਾ ਬੱਚਾ ਕੈਨੇਡਾ ਦਾ ਵੀਜ਼ਾ ਅਪਲਾਈ ਕਰੇਗਾ ਉਹਨੂੰ ਆਫਰ ਲੈਟਰ ਲੈਣ ਤੋਂ ਬਾਅਦ ਪਹਿਲਾਂ ਆਪਣੇ ਡਾਕੂਮੈਂਟ ਆਪਣੀ ਅਟੈਸਟੇਸ਼ਨਸ ਲੈਟਰ ਲੈਣੀ ਪੈਗੀ ਸਟੇਟ ਤੋਂ ਜਾਂ ਉਸਦੇ ਪ੍ਰੋਵਿੰਸ ਤੋਂ ਯਾਨੀ ਜਿਹੜਾ ਵੀ ਬੱਚਾ ਹੁਣ ਕੈਨੇਡਾ ਦਾ ਵੀਜ਼ਾ ਅਪਲਾਈ ਕਰੇਗਾ ਉਹਨੂੰ ਸੈਕੰਡ ਸਟੈਪ ਹੋਏਗਾ ਉਹਨੂੰ ਅਟੈਸਟੇਸ਼ਨ ਲੈਟਰ ਚਾਹੀਦੀ ਐ ਫਰੋਮ ਦੀ ਸਟੇਟ ਯਾਨੀ ਫਰੋਮ ਦੀ ਪ੍ਰੋਵਿੰਸ ਉਹ ਅਟੈਸਟੇਸ਼ਨਸ ਲੈਟਰ ਤੋਂ ਬਿਨਾ ਤੁਸੀਂ ਆਪਣਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਤੀਸਰਾ ਕਿ ਜਿਹੜੇ ਵੀ ਸਟੂਡੈਂਟ ਹੁਣ ਆਪਣਾ ਵੀਜ਼ਾ ਅਪਲਾਈ ਕਰਨਗੇ ਉਹਨੂੰ ਆਪਣੇ ਡੀਐਲਆਈ ਤੋਂ ਅਪਰੂਵਲ ਕਰਾਣਾ ਪਏਗਾ ਅਗਰ ਕੋਈ ਬੱਚਾ ਆਪਣੇ ਡੀਐਲਆਈ ਤੋਂ ਅਪਰੂਵ ਨਹੀਂ ਕਰਾਂਦਾ ਯਾਨੀ ਐਮਬੈਸੀ ਨੂੰ ਐਮਬੈਸੀ ਨੇ ਆਈਆਰਸੀਸੀ ਨੇ ਫਾਈਲ ਲੱਗਣ ਤੋਂ ਬਾਅਦ ਤੁਹਾਡੇ ਡੀਐਲਆਈ ਯਾਨੀ ਤੁਹਾਡੇ ਕਾਲਜ ਨੂੰ ਇੱਕ ਮੇਲ ਪਾਣੀ ਹੈ ਔਰ ਮੇਲ ਦੇ ਵਿੱਚ ਇਹ ਕਨਫਰਮ ਕਰਨਾ ਕਿ ਤੁਹਾਡੀ ਜਿਹੜੀ ਅਪਰੂਵਲ ਹੈ ਜਿਹੜੀ ਤੁਸੀਂ ਐਲੋ ਲੈਟਰ ਇਸ਼ੂ ਕੀਤੀ ਉਹ ਜੈਨੂਇਨ ਹੈ ਉਹ ਆਏਗੀ ਤਾਂ ਫਾਈਲ ਚੱਕੀ ਜਾਏਗੀ ਦੂਸਰਾ ਅਗਰ ਤੁਹਾਡੇ ਕੋਲ ਸਟੇਟ ਦੀ ਅਪਰੂਵਲ ਲੈਟਰ ਨਹੀਂ ਹੈਗੀ ਅਟੈਸਟੇਸ਼ਨ ਸਰਟੀਫਿਕੇਟ ਨਹੀਂ ਹੈ ਤੁਹਾਡਾ ਵੀਜ਼ਾ ਐਮਬੈਸੀ ਦੇ ਵਿੱਚ ਵੀ ਨਹੀਂ ਅਪਲਾਈ ਹੋਣਾ ਅਗਰ ਵੀਜ਼ਾ ਅਪਲਾਈ ਹੋਏਗਾ ਤੁਹਾਡੀ ਫਾਈਲ ਵਿਧਰੋ ਹੋ ਕੇ ਬਾਹਰ ਆ ਜਾਏਗੀ ਤਾਂ ਇਹ ਰੂਲ ਕਿਉਂ ਕੀਤਾ ਕਿ ਬਹੁਤ ਸਾਰੇ ਰੂਲ ਲੋਕ ਪੰਜਾਬ ਦੇ ਹਰਿਆਣਾ ਦੇ ਵਿੱਚ ਖਾਸ ਕਰ ਜਾਲੀ ਆਫਰ ਲੈਟਰ ਜਾਲੀ ਰਸੀਦਾ ਪੈਕੇਜ ਦੇ ਨਾਮ ਦੇ ਉੱਤੇ ਮਨੋਪਲੀ ਚਲਾ ਰਹੇ ਸੀ ਉਹਨਾਂ ਸਾਰਾ ਕੁਝ ਉਹਨਾਂ ਨੇ ਉਡਾਤਾ ਤਾਂ ਇਹ ਦੂਸਰਾ ਜਿਹੜਾ ਅਪਡੇਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਦੋਂ ਫਾਈਲ ਲਗਾਣੀ ਹੈ ਤਾਂ ਤੁਸੀਂ ਸਿਰਫ ਉਹ ਸਿਰਫ ਡੀਐਲਏ ਅਪਰੂਵਡ ਇੰਸਟੀਟਿਊਟ ਤੋਂ ਪਹਿਲਾਂ ਤੁਹਾਨੂੰ ਲੈਟਰ ਮਿਲੇਗੀ ਤੁਸੀਂ ਆਪਣਾ ਟੈਸਟੇਸ਼ਨ ਸਰਟੀਫਿਕੇਟ ਉਸ ਪ੍ਰਵਿੰਸ ਤੋਂ ਲਓਗੇ ਉਸ ਤੋਂ ਬਾਅਦ ਤੁਸੀਂ ਵੀਜ਼ਾ ਅਪਲਾਈ ਕਰ ਸਕੋ ਹੁਣ ਤੀਸਰੀ ਜਿਹੜੀ ਗੱਲ ਹੈ ਤੁਹਾਡੇ ਚਾਚੇ ਮਾਮੇ ਤਾਏ ਦੇ ਬੱਚੇ ਜਿਹੜੇ ਬਾਹਰ ਜਾਂਦੇ ਆ ਜਾਂ ਜਿਹੜੇ ਕਾਲਜ ਹੋ ਗਿਆ ਮੈਂ ਉਸ ਕਾਲਜ ਜਾਣਾ ਉਹਨਾਂ ਨੇ ਇੱਕ ਤਰ੍ਹਾਂ ਦਾ ਪ੍ਰਾਈਵੇਟ ਕਾਲਜ ਦੀ ਮੰਜੀ ਠੋਕਤੀ ਪੰਜਾਬੀ ਚ ਜਿੰਨੇ ਵੀ ਕੈਨੇਡਾ ਦੇ ਵਿੱਚ ਪ੍ਰਾਈਵੇਟ ਕਾਲਜ ਹੈ ਪ੍ਰਾਈਵੇਟ ਕਾਲਜ ਦੋ ਤਰ੍ਹਾਂ ਦੇ ਹਨ ਇੱਕ ਪਿਓਰਲੀ ਪ੍ਰਾਈਵੇਟ ਕਾਲਜ ਹੈ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਹੈ ਯਾਨੀ ਕੋਈ ਵੀ ਕਾਲਜ ਸਰਕਾਰੀ ਕਾਲਜ ਨਾਲ ਟਾਈ ਅਪ ਕਰਕੇ ਜਦੋਂ ਬੱਚਾ ਭੇਜਦਾ ਸੀਗਾ ਤਾਂ ਉਹਦੇ ਵਿੱਚ ਪਹਿਲਾਂ ਵੀਜ਼ਾ ਗ੍ਰਾਂਟ ਹੋ ਰਹੇ ਸੀ ਹੁਣ ਉਹਨਾਂ ਸਾਰੇ ਸਟੂਡੈਂਟਸ ਨੂੰ 1 ਸਪਟੰਬਰ ਔਨਵਰਡ ਤੋਂ ਬਾਅਦ ਪੋਸਟ ਗ੍ਰੈਜੂਏਟ ਪਰਮਿਟ ਨਹੀਂ ਮਿਲਣਾ ਯਾਨੀ ਕਿ ਉਹ ਬੱਚਾ ਅਗਰ 2 ਸਾਲ ਕੈਨੇਡਾ ਲਾ ਵੀ ਲੇਗਾ ਉਹਨੂੰ ਵਕਪ ਪਰਮਿਟ ਨਹੀਂ ਮਿਲਣਾ ਹੁਣ ਬੱਚੇ ਨੂੰ ਸਿਰਫ ਸਿਰਫ ਕੈਨੇਡਾ ਦੇ ਸਰਕਾਰੀ ਕਾਲਜ ਜਾਣ ਬੰਦਾ ਅਸੀਂ ਪਿਛਲੇ 5 ਸਾਲਾਂ ਤੋਂ ਲੋਕਾਂ ਨੂੰ ਸਮਝਾਈ ਜਾ ਰਹੇ ਸੀ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰੋ ਸਰਕਾਰੀ ਕਾਲਜ ਪੜਨ ਜਾਓ ਕੈਨੇਡਾ ਵਿੱਚ ਪੜ੍ਹਾਈ ਕਰੋ ਚੰਗੇ ਕੋਰਸਾਂ ਵਿੱਚ ਪੜੋ ਕੈਨੇਡਾ ਵਿੱਚ ਉਹ ਬੱਚਾ ਜਾਵੇ ਜਿਹੜਾ ਬੱਚਾ ਐਲੀਜੀਬਲ ਹੈ ਜਿਹੜੇ ਪ੍ਰਾਈਵੇਟ ਕਾਲਜਾਂ ਦਾ ਗੇਮ ਸੀ ਖਤਮ ਹੋ ਗਈ ਜਿਹੜਾ ਬੱਚਾ ਅੱਜ ਵੀ ਉਹ ਪ੍ਰਾਈਵੇਟ ਕਾਲਜ ਪੜਨ ਜਾਏਗਾ 2 ਸਾਲ ਪੜ੍ਹਲੇ 3 ਸਾਲ ਪੜ੍ਹਲੇ 1 ਸਾਲ ਪੜ੍ਹਲੇ ਉਹਨੂੰ ਵਾਪਸ ਮੁੜ ਕੇ ਆਪਣੇ ਘਰ ਹੀ ਆਣਾ ਪਏਗਾ ਇਹ ਤੀਜਾ ਜਿਹੜਾ ਰੂਲ ਉਹਨਾਂ ਨੇ ਇੰਪਲੀਮੈਂਟੇਸ਼ਨ ਕਰਤਾ ਸਰ ਸਰ ਇੱਕ ਸੁਣਨ ਦੇ ਵਿੱਚ ਹੋਰ ਬੜੀ ਵੱਡੀ ਚੀਜ਼ ਆਈ ਹੈ ਕਿ ਸਾਡੇ ਇੱਥੇ ਨਾਰਮਲ ਹੀ ਹੁੰਦਾ ਸੀ ਕਿ ਬੱਚਾ ਜਿਹੜਾ ਹੈ ਉਹਨੇ ਪਲੱਸ 2 ਕੀਤੀ ਜਾਂ ਬੱਚੇ ਨੇ ਜਿਹੜਾ ਡਿਪਲੋਮਾ ਕੀਤਾ ਉਸ ਤੋਂ ਬਾਅਦ ਵਿਆਹ ਕਰੋ ਜੀ ਹਾਈਟਸ ਕਰੋ ਚਲੋ ਬਾਅਦ ਕੁਝ ਟਾਈਮ ਬਾਅਦ ਜਿਹੜਾ ਸਪਾਊਸ ਵੀ ਨਾਲ ਹੀ ਚਲਾ ਜਾਂਦਾ ਸੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਸਪਾਊਸ ਜਾ ਹੀ ਨਹੀਂ ਸਕਦਾ ਪਰ ਬਿਲਕੁਲ ਉਹ ਵੀ ਉਹਨਾਂ ਨੇ ਬੰਦ ਕਰਤਾ ਦੇਖੋ ਚੀਜ਼ਾਂ ਕਿਦਾਂ ਇੰਟਰਕਨੈਕਟਿਡ ਕੀਤੀਆਂ ਉਹਨਾਂ ਨੇ ਉਹ ਵੀ ਚੱਕਤਾ ਅੱਜ ਕੋਈ ਬੱਚਾ ਡਿਪਲੋਮਾ ਕਰਨ ਜਾਏ ਕੈਨੇਡਾ 'ਚ ਚਾਹੇ ਐਡਵਾਂਸਡ ਡਿਪਲ ਚਾਹੇ ਸਰਟੀਫਿਕੇਟ ਕਰੇ ਚਾਹੇ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਕਰੇ ਉਹ ਬੰਦਾ 1 ਸਤੰਬਰ ਤੋਂ ਬਾਅਦ ਆਪਣੇ ਸਪਾਊਸ ਨੂੰ ਲੈ ਕੇ ਨਹੀਂ ਜਾ ਸਕਦਾ ਨਾ ਪਹਿਲਾਂ ਨਾ ਬਾਅਦ ਦੇ ਵਿੱਚ ਯਾਨੀ ਕਿ ਜਿਹੜੇ ਵੀ ਲੋਕ ਇਸ ਸਮੇਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਕੇ ਬੈਠੇ ਹਨ ਅਗਰ ਉਹਨਾਂ ਦਾ ਇਨਟੈਕ ਸਤੰਬਰ ਹੈ ਔਰ ਉਹਨਾਂ ਦੇ ਡਿਪਲੋਮਾ ਕਰਨ ਜਾ ਰਹੇ ਹਨ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰ ਰਹੇ ਹਨ ਐਡਵਾਂਸਡ ਡਿਪਲੋਮਾ ਕਰ ਰਹੇ ਹਨ ਯਾ ਸਰਟੀਫਿਕੇਟ ਕਰ ਰਹੇ ਹਨ ਉਹਨਾਂ ਨੂੰ ਸਪਾਊਸ ਅਲਾਉਡ ਨਹੀਂ ਹੈ ਯੂਕੇ ਤਰ੍ਹਾਂ ਹੁਣ ਸਪਾਊਸ ਕਿੰਨੂੰ ਅਲਾਉਡ ਹੈ ਜਿਹੜਾ ਬੰਦਾ ਮਾਸਟਰਸ ਕਰਨ ਜਾਏਗਾ ਜਿਹੜਾ ਬੰਦਾ ਡਾਕਟਰਲ ਪ੍ਰੋਗਰਾਮ ਲਈ ਜਾਏਗਾ ਯਾਨੀ ਪੀ ਐਚ ਡੀ ਕਰਨ ਜਾਏਗਾ ਇਹ ਦੋ ਇਹ ਚੀਜ਼ਾਂ ਦੇ ਵਿੱਚ ਤੁਹਾਨੂੰ ਸਪਾਊਸ ਅਲਾਉਡ ਅਦਰਵਾਈਜ਼ ਸਪਾਊਸ ਵੀ ਉਹਨਾਂ ਨੇ ਚੱਕਦਾ ਔਰ 1 ਸਤੰਬਰ ਤੋਂ ਬਾਅਦ ਸਪਾਊਸ ਵੀਜ਼ਾ ਬਿਲਕੁਲ ਬੰਦ ਕੈਨੇਡਾ ਕਰਨ ਜਾ ਰਹੇ ਹੈ ਜੀ ਮਤਲਬ ਫਿਰ ਜਿਹੜੇ ਬੱਚੇ ਮਤਲਬ ਇੰਨੇ ਟਾਈਮ ਤੋਂ ਪਲਾਨ ਕਰਕੇ ਬੈਠੇ ਸੀ ਅਸੀਂ ਬਾਹਰ ਜਾਣਾ ਹੈ ਸਾਡੀ ਲਾਈਫ ਉੱਥੇ ਵਧੀਆ ਰਹੂਗੀ ਅਸੀਂ ਉੱਥੇ ਜਾ ਕੇ ਆਨਾਲੀ ਸ਼ਾਨ ਜਿੰਦਗੀ ਜੀਵਾਂਗੇ ਤੇ ਉਹਨਾਂ ਦੇ ਸੁਪਨੇ ਦਾ ਤਾਂ ਫਿਰ ਮਤਲਬ ਚੱਕਣਾ ਚੂਰ ਹੋਗੇ ਸਾਰੇ ਦੇਖੋ ਸਰ ਤੁਸੀਂ ਅਸੀਂ ਤੁਸੀਂ ਮੀਨਸ ਅਸੀਂ ਲੋਕ ਤੇ ਸਟੂਡੈਂਟ ਤੁਸੀਂ মিডিਆ ਵੀਡੀਓ ਦੇ ਲੋ ਕਿੰਨੀਆਂ ਲੋਕ ਕਹਿੰਦੇ ਕੈਨੇਡਾ ਵਿੱਚ ਕੰਮ ਨਹੀਂ ਮਿਲਦਾ ਪਿਆ ਕੈਨੇਡਾ ਵਿੱਚ ਰਹਿਣ ਰਹਿ ਨੂੰ ਥਾਂ ਨਹੀਂ ਹੈ ਕੈਨੇਡਾ ਵਿੱਚ ਜੌਬਸ ਨਹੀਂ ਮਿਲਦੀ ਪਈਆਂ ਕੋਲੇ ਦੋ ਦੋ ਕਮਰੇ ਆਦੇ ਐ ਅਸੀਂ ਲੋਕ ਸਾਰੇ ਸਾਰਿਆਂ ਨੇ ਵੀਡੀਓ ਦੇਖੀ ਹੈ ਹੁਣ ਗਵਰਨਮੈਂਟ ਨੇ ਉੱਤੇ ਐਕਸ਼ਨ ਕਰਤਾ ਕਿੰਦੇ ਲਈ ਕੀਤਾ ਇਹ ਸਾਡੇ ਬੈਨੀਫਿਟ ਲਈ ਕੀਤਾ ਸਾਡਾ ਮੀਨਸ ਸਟੂਡੈਂਟ ਦੇ ਬੈਨੀਫਿਟ ਲਈ ਕਿ ਬੱਚਾ ਉਸ ਕੋਲੇ ਵਿੱਚ ਲੱਖ ਰੁਪਏ ਲਗਾਉਣ ਜਾਵੇ ਜਿਹੜਾ ਕੋਲੇਜ ਚੰਗਾ ਹੋਏਗਾ ਮਾਪਪ ਦੇ ਲਗਾਏ ਹੋਏ ਪੈਸੇ ਦੀ ਵਰਥ ਮਿਲੇ। ਅਗਰ ਬੱਚਾ ਮਾਰੇ ਕਾਲਜ ਜਾਂਦਾ ਸੀ ਤੁਹਾਨੂੰ ਪਤਾ ਹੈ ਤੁਹਾਨੂੰ ਕੀ ਹਾਲਾਤ ਹੁੰਦੇ ਸੀ। ਹੁਣ ਜਿਹੜਾ ਉਹਨਾਂ ਨੇ ਰੂਲ ਕੱਢਿਆ ਹੈ ਅਗਰ ਤੁਸੀਂ ਗੱਲ ਕਰੋ ਰੂਲ ਤਾਂ ਪੋਜ਼ਿਟਿਵ ਵਾਲੇ ਪਾਸੇ ਹੀ ਹੈ। ਪਰ ਦੂਜਾ ਰੂਲ ਉਹਨਾਂ ਨੇ ਕੀ ਕਰਤਾ ਜਿਹੜਾ ਬੱਚਾ ਆਲਰੇਡੀ ਕੈਨੇਡਾ ਜਾ ਚੁੱਕਾ ਹੈ ਜਿਹੜੇ ਬੱਚੇ ਦੀ ਮੇਨ ਟਿਕ ਇਚ ਫਾਈਲ ਲੱਗੀ ਹੋਈ ਹੈ ਉਹ ਬੱਚਾ ਅੱਜ ਵੀ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਹੈ। ਇਹ ਰੂਲ ਇੰਪਲੀਮੈਂਟੇਸ਼ਨ ਹੋਣਾ ਹੈ 1 ਸਤੰਬਰ ਤੋਂ ਸਪਾਊਸ ਵੀਜ਼ਾ ਦਾ। PPP ਦਾ ਰੂਲ ਇੰਪਲੀਮੈਂਟੇਸ਼ਨ ਹੋ ਚੁੱਕਾ ਹੈ ਤੁਹਾਨੂੰ ਆਪਣੀ ਇੰਸਟੀਚੂਟ ਤੋਂ ਡੀਐਲਈ ਤੋਂ ਅਪਰੂਵਡ ਕਰਾਉਣਾ ਪੈਗਾ ਇਹ ਰੂਲ ਇੰਪਲੀਮੈਂਟੇਸ਼ਨ ਹੋ ਚੁੱਕਾ ਹੈ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਜੈਨੂਇਨ ਸਟੂਡੈਂਟ ਹੈ ਕੈਨੇਡਾ ਜਾਣ ਲਈ ਉਹਨਾਂ ਲਈ ਪੋਜ਼ਿਟਿਵ ਹੈ ਕਿਉਂਕਿ ਲਿਮਟਿਡ ਬੱਚਾ ਜਾਏਗਾ ਲਿਮਟਿਡ ਕਮ ਵੀ ਮਿਲੇਗਾ ਬੱਚਨ ਕਮ ਵੀ ਬੱਚਾ ਪਰੇਸ਼ਾਨ ਨਹੀਂ ਹੋਗਾ ਰਹਿਣ ਨੂੰ ਕੋਈ ਦਿੱਕਤ ਨਹੀਂ ਮਿਲੇਗੀ ਤਾਂ ਪੋਜ਼ਿਟਿਵ ਹੀ ਹੋਇਆ ਹੁਣ ਸਵਾਲ ਹੈ ਸਪਾਊਸ ਵੀਜ਼ੇ ਨੂੰ ਕੀ ਸਪਾਊਸ ਵੀਜ਼ਾ ਵਿੱਚ ਬੜੀ ਵੱਡੀ ਮਾਰ ਲਗੀ ਯੈਸ ਉਹ ਮਾਰ ਦੀ ਜ਼ਿੰਮੇਵਾਰ ਅਸੀਂ ਲੋਕ ਹੀ ਆ ਕਿਉਂ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਹਾਲਾਤ ਕੀ ਚੱਲ ਰਹੇ ਸੀ ਇੱਕ ਕੁੜੀ ਗਈ ਉੱਥੇ ਜਾ ਕੇ ਉਹਦਾ ਡਿਸਪਿਊਟ ਹੋ ਗਿਆ ਮੁੰਡਾ ਗਿਆ ਕੁੜੀ ਇੰਡੀਆ ਰਹਿ ਗਈ ਕੁੜੀ ਗਈ ਮੁੰਡਾ ਗਿਆ ਉੱਥੇ ਤਲਾਕ ਹੋ ਗਏ ਇਹ ਆਪਾਂ ਰੋਜ਼ ਹੀ ਨਿਊਜ਼ ਹੁੰਦੇ ਪਏ ਸੀ ਉਹ ਵੀ ਚੀਜ਼ ਦਾ ਇੱਕ ਬੜੀ ਵੱਡਾ ਇੰਪੈਕਟ ਪੈ ਰਿਹਾ ਸੀਗਾ ਅਲਟੀਮੇਟ ਉਹਨਾਂ ਨੇ ਕਹਿੰਤਾ ਜਿਹੜਾ ਬੰਦਾ ਮਾਸਟਰਸ ਕਰਨ ਜਾ ਰਿਹਾ ਜਿਹੜਾ ਬੰਦਾ ਡਾਕਟਰਲ ਪ੍ਰੋਗਰਾਮ ਕਰਨ ਜਾ ਰਿਹਾ ਅਸੀਂ ਉਹਨਾਂ ਲਿਮਟਿਡ ਫੈਮਲੀਆਂ ਨੂੰ ਹੀ ਵੀਜ਼ਾ ਪਰਮਿਟ ਦਵਾਂਗੇ 스ਪਾਊਸ ਨੂੰ ਓਪਨ ਓਕਮੈਂਟ ਬਟ ਦੂਜੇ ਪਾਸੇ ਆਪਣੇ ਕੋਲ ਹਾਲੇ ਵੀ 8-7 ਮਹੀਨੇ ਪਏ ਐ ਅੱਜ ਵੀ ਜਿਹੜਾ ਬੱਚਾ ਕੈਨੇਡਾ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ ਚਾਹੇ ਉਹ 12ਵੀਂ ਪਾਸ ਆਊਟ ਹੈ ਚਾਹੇ ਉਹ ਗ੍ਰੈਜੂਏਟ ਪਾਸ ਆਊਟ ਹੈ ਅੱਜ ਵੀ 7 ਮਹੀਨਿਆਂ ਦੇ ਵਿੱਚ ਵਿੱਚ ਆਪਣੇ 스ਪਾਊਸ ਨੂੰ ਲੈ ਕੇ ਜਾ ਸਕਦਾ ਅਸੀਂ ਪਿਛਲੇ 1.5 ਸਾਲ ਤੋਂ ਰੋਲਾ ਪਾ ਰਹੇ ਕਿ 스ਪਾਊਸ ਆਫ ਸਟੂਡੈਂਟ ਇਕੱਠੇ ਜਾਓ ਯਾਨੀ ਸਟੂਡੈਂਟ 스ਪਾਊਸ اور ਫੈਮਲੀ ਇਕੱਠੇ ਜਾ ਸਕਦੀ ਹੈ ਅੱਜ ਵੀ ਜਿਹੜਾ ਬੱਚਾ ਮੇਨ ਇੰਟੀਗਰੀ ਸਾਡੇ ਕੋਲ ਆ ਕੇ ਅਪਲਾਈ ਕਰ ਅਸੀਂ ਸਟੂਡੈਂਟਸ ਪਾਉਸ ਤੇ ਬੱਚੇ ਨੂੰ ਇਕੱਠੇ ਭੇਜ ਦਾਂਗੇ ਜੀ ਪਰ ਹਾਂ ਅਗਰ ਉਹ ਹੀ ਬੰਦਾ ਸਪਟੰਬਰ ਵਿੱਚ ਅਪਲਾਈ ਕਰੇਗਾ ਅਸੀਂ ਨਹੀਂ ਭੇਜ ਪਾਵਾਂ ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਰਸਤਾ ਬਿਲਕੁਲ ਬੰਦ ਕਰਤਾ ਉਹਨਾਂ ਬੱਚਿਆਂ ਲਈ ਸਰ ਮਤਲਬ ਤੁਹਾਡੇ ਕੋਲੇ ਹਜੇ ਮਈ ਦੇ ਲਈ ਜਿਹੜਾ ਹੈ ਸੀਟਸ ਖਾਲੀ ਹੈਗੀਆਂ ਨੇ ਕੋਈ ਤੁਹਾਡੇ ਕੋਲੇ ਆ ਕੇ ਅਪਲਾਈ ਕਰਵਾ ਸਕਦਾ ਤੇ ਉਹਦੇ ਉੱਪਰ ਸਪਾਉਸ ਵਾਲਾ ਰੂਲ ਜਿਹੜਾ ਹੈ ਉਹ ਅਪਲਾਈ ਨਹੀਂ ਹੋਏਗਾ ਯੈਸ ਅਗਰ ਮੈਂ ਫਿਰ ਕਹਿ ਰਹੇ ਹਾਂ ਪਹਿਲੀ ਗੱਲ ਤਾਂ ਇਹ ਪਬਲਿਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਦੇ ਪਾਰਟ ਦੇ ਵਿੱਚ ਤੁਸੀਂ ਬਿਲਕੁਲ ਨਾ ਅਪਲਾਈ ਕਰੋ ਅਗਰ ਤੁਹਾਨੂੰ ਕੋਈ ਮਈ 2024 ਦਾ ਇਨਟੈਕ ਦੇ ਰਿਹਾ ਹੈ ਆਪਣੇ ਸਪਾਊਸ ਦੇ ਨਾਲ ਹੀ ਤੁਸੀਂ ਵੀਜ਼ਾ ਅਪਲਾਈ ਕਰੋ ਕੈਨੇਡਾ ਵਿੱਚ ਬਹੁਤ ਸਾਰੇ ਸਰਕਾਰੀ ਕਾਲਜ ਹੈ ਜਿਹੜੇ ਮਈ 2024 ਲਈ ਓਪਨ ਹੈ ਕੈਨੇਡਾ ਦੇ ਬਹੁਤ ਸਾਰੇ ਸਰਕਾਰੀ ਕਾਲਜ ਹੈ ਜਿਨ੍ਹਾਂ ਦੀ ਰਿਕੁਆਇਰਮੈਂਟ ਸਿਰਫ ਓਵਰਆਲ 6 ਬੈਂਡ ਹੈ ਚਾਹੇ ਤਿੰਨ ਮੋਡਿਊਲ 5.5 ਹੈ ਚਾਹੇ ਉਹ ਇੱਕ ਮੋਡਿਊਲ 5 ਹੈ ਤੁਸੀਂ ਆਪਣਾ ਵੀਜ਼ਾ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ ਆਉਣ ਵਾਲੇ 4 ਤੋਂ 5 ਮਹੀਨੇ ਤੁਹਾਡੇ ਕੋਲ ਹੈਗੇ ਆ ਤੁਸੀਂ ਵੀਜ਼ਾ ਲੈ ਸਕਦੇ ਹੋ ਦੂਜੀ ਗੱਲ ਤੁਸੀਂ ਵੀਜ਼ਾ ਜਦੋਂ ਅਪਲਾਈ ਕਰਨਾ ਸਿਰਫ ਸਿਰਫ ਸਰਕਾਰੀ ਕਾਲਜ ਅਪਲਾਈ ਕਰੋ ਤਾਂ ਕਿ ਤੁਹਾਡਾ ਵੀਜ਼ਾ ਤੁਹਾਨੂੰ ਬਾਅਦ ਦੇ ਵਿੱਚ ਪੋਸਟ ਗ੍ਰੈਜੂਏਟ ਡਾਕੂਮੈਂਟ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਸਰ ਸੋ ਹੁਣ ਤੁਹਾਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ ਕਿਉਂਕਿ ਜਿਹੜੀ ਸਟ੍ਰਿਕਨੈਸ ਕਾਫੀ ਹੋ ਗਈ ਹੈ ਕੈਨੇਡਾ ਗਵਰਨਮੈਂਟ ਵੱਲੋਂ ਤੇ ਜੇ ਤੁਸੀਂ ਸਪਾਊਸ ਦੇ ਨਾਲ ਹੀ ਜਾਣਾ ਚਾਹੁੰਦੇ ਹੋ ਤੁਸੀਂ ਹਜੇ ਵੀ ਮੈਡੀਟੇਕ ਲਈ ਜਾ ਸਕਦੇ ਹੋ ਜਿਵੇਂ ਸਰ ਨੇ ਦੱਸਿਆ ਉਹਨਾਂ ਕੋਲ ਸੀਟਸ ਅਵੇਲੇਬਲ ਹੈਗੀਆਂ ਨੇ ਬਟ ਜਿਹੜਾ ਪੀਪੀਪੀ ਪ੍ਰੋਗਰਾਮ ਸੀ ਉਹਦੇ ਤਹਿਤ ਜਿਹੜਾ ਹੁਣ ਉਸ ਸਟ੍ਰਿਕਟਨੈਸ ਜ਼ਿਆਦਾ ਵਧ ਗਈ ਹੈ ਅਗਰ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਜਿਹੜਾ ਜਾ ਕੇ ਪੜ੍ਹਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਇਸ ਚੀਜ਼ ਦਾ ਖਾਸ ਧਿਆਨ ਰੱਖੋ ਤੁਸੀਂ ਕਿਹੜੇ ਕਾਲਜ ਦੇ ਵਿੱਚ ਪੜਨ ਜਾ ਰਹੇ ਹੋ ਉਸ ਦੀ ਆਪ ਵੀ ਸੈਲਫ ਸਟੱਡੀ ਕਰੋ ਸਾਰੀ ਅੱਜ ਕੱਲ ਇੰਟਰਨੈਟ ਤੇ ਸਾਰਾ ਕੁਝ ਮਿਲਦਾ ਹੈ ਤੁਸੀਂ ਆਪ ਪੜ੍ਹੋ ਆਪ ਦੇਖੋ ਕਿ ਤੁਹਾਡਾ ਕਾਲਜ ਜਿਹੜਾ ਹੈ ਉਹ ਸਰਕਾਰੀ ਕਾਲਜ ਹੈ ਜਾਂ ਫਿਰ ਨਹੀਂ ਹੈ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਾਰੀਆਂ ਤੁਹਾਨੂੰ ਗੱਲਾਂ ਦਸੀਆਂ ਨੇ ਕਿ ਸਿਕਨੈਸ ਕਾਫੀ ਵੱਧ ਗਈ ਆ ਹੁਣ ਇਸ ਵਾਰੀ ਸਿਰਫ 3.6 ਲੱਖ ਵੀਜ਼ੇ ਹੀ ਜਿਹੜਾ ਆਲ ਓਵਰ ਵਰਲਡ ਚੋਂ ਜਿਹੜਾ ਉਹਨਾਂ ਨੇ ਦੇਣੇ ਨੇ ਕੈਨੇਡਾ ਗਵਰਨਮੈਂਟ ਨੇ ਤੇ ਤੁਸੀਂ ਅਗਰ ਐਲੀਜੀਬਲ ਹੈਗੇ ਹੋ ਤਾਂ ਤੁਹਾਨੂੰ ਜ਼ਰੂਰ ਵੀਜ਼ਾ ਮਿਲੇਗਾ ਜ਼ਰੂਰ ਜਿਹੜਾ ਤੁਸੀਂ ਆਪਣੀ ਫਾਈਲ ਚੈੱਕ ਕਰਵਾ ਸਕਦੇ ਹੋ ਵਿਜ਼ਨ ਗਰੁੱਪ ਦੇ ਵਿੱਚ ਆ ਕੇ نیچے ਕੰਟੈਕਟ ਨੰਬਰ ਮੈਂਸ਼ਨ ਹੋਏ ਨੇ ਤੁਸੀਂ ਆਪਣੀ ਪ੍ਰੋਫਾਈਲ ਚੈੱਕ ਕਰਵਾ ਸਕਦੇ ਹੋ ਐਲੀਜੀਬਿਲਟੀ ਚੈੱਕ ਕਰਵਾ ਸਕਦੇ ਹੋ ਤੇ ਵੀਜ਼ਾ ਵੀ ਅਪਲਾਈ ਕਰਵਾ ਸਕਦੇ ਹੋ ਸੋ ਜ਼ਰੂਰ ਆ ਕੇ ਮਿਲੋ ਹੋਰ ਇਨਫੋਰਮੇਸ਼ਨ ਲਈ ਦੇਖਦੇ ਰਹੋ ਸਿਟੀ ਹੈਡਲਾਈਨਸ